ਪੰਜਾਬੀ ਬੋਲੀ ਦੇ ਬਾਰੇ ਜਦ ਮੈਂ ਪੜ੍ਹਦਾ ਤੇ ਮੈਨੂੰ ਇੱਕ ਬਹੁਤ ਵੱਡੇ ਕਿਸੇ ਬੰਦੇ ਦੀ ਗੱਲ ਯਾਦ ਆਉਂਦੀ ਜਿਹਨੇ ਆਖਿਆ ਕਿ ਅਗਰ ਕਿਸੇ ਨੂੰ ਦੁਆ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਰੱਬ ਕਰੇ ਤੇਰੀ ਲੋਕ ਗੀਤ ਜਿੰਨੀ ਉਮਰ ਹੋਵੇ। ਅਗਰ ਕਿਸੇ ਨੂੰ ਬਦਦੁਆ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਜਾ ਤੈਨੂੰ ਤੇਰੀ ਮਾਂ ਬੋਲੀ ਯਾਦ ਨਾ ਰਵੇ, ਤੈਨੂੰ ਤੇਰਾ ਵਿਰਸਾ ਹੀ ਭੁੱਲ ਜਾਏ, ਤੈਨੂੰ ਤੇਰਾ ਸੱਭਿਆਚਾਰ। ਸੋ ਜਿੱਥੇ ਵੀ ਆਪਾਂ ਬੈਠੇ ਹਾਂ ਸਾਨੂੰ ਆਪਣੇ ਰੂਟਸ, ਜਿੱਥੋਂ ਅਸੀਂ ਚੱਲੇ ਹਾਂ, ਆਪਣਾ ਵਿਰਸਾ, ਆਪਣਾ ਸੱਭਿਆਚਾਰ ਨਹੀਂ ਭੁੱਲਣਾ ਚਾਹੀਦਾ। ਮੈਂ ਇੱਕ ਐਸੇ ਗਵੱਈਏ ਦੀ ਗੱਲ ਕਰ ਰਿਹਾ ਜਿਹਨੂੰ ਪੀਰ ਗਵੱਈਆ ਕਿਹਾ ਗਿਆ। ਤੂੰਬੀ ਨਾਲ ਗਾਉਂਦੇ ਸੀ, ਰੌਲਾ ਨਹੀਂ ਪਾਉਂਦੇ ਸੀ ਤੇ ਕੰਨਾਂ ਦਾ ਉਦੋਂ ਲੋਕੀ ਇਲਾਜ ਨਹੀਂ ਕਰਾਉਂਦੇ ਸੀ। ਹਾਂਜੀ, ਮੇਰੀ ਮੁਰਾਦ ਹੈ ਉਸਤਾਦ ਲਾਲ ਚੰਦ ਯਮਲਾ ਜੱਟ ਹੋਰਾਂ ਤੋਂ। ਤੂੰਬੀ ਦਾ ਬਾਦਸ਼ਾਹ ਅਸਲ ਪੰਜਾਬੀ ਗਵੱਈਆ, ਉਹਦਾ ਗਾਣਾ ਸੁਣਦੇ ਲੱਗਦਾ ਜਿਵੇਂ ਸਿਮਰਨ ਕਰ ਰਿਹਾ, ਜਿਵੇਂ ਮੈਡੀਟੇਸ਼ਨ ਕਰ ਰਿਹਾ। ਇੱਕ ਤਾਰੇ ਤੇ ਗਾਉਂਦਾ ਜਾਂ ਤੜਕੇ ਤੜਕੇ ਤੇ ਕਿਵੇਂ ਹੁੰਦਾ, ਪੇਸ਼ੇ ਖਿਦਮਤ ਹੈ ਅੰਦਾਜ਼ ਜਨਾਬ ਉਸਤਾਦ ਲਾਲ ਚੰਦ ਯਮਲਾ ਜੱਟ।